ਕੈਂਸਰ ਦੇ ਕੈਂਪ ਵਾਸਤੇ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਟੀਮ ਸਾਡੇ ਫਤਿਹਗੜ੍ਹ ਕੋਰੋਟਾਣਾ ਜ਼ਿਲ੍ਹਾ ਮੋਗਾ ਦੇ ਵਿੱਚ ਆਈ ਹੈ, ਅਸੀਂ ਇਹਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਸਾਡੇ ਪਰਿਵਾਰ ਨੇ ਮੇਰੇ ਨਾਨਾ ਜੀ ਦਾ ਤੋਤਾ ਸਿੰਘ ਕਨਗੋ, ਉਹਨਾਂ ਦੀ ਯਾਦ ਦੇ ਵਿੱਚ ਸਾਡੇ ਸਮੂਹ ਪਰਿਵਾਰ ਨੇ 11 ਲੱਖ ਰੁਪਇਆ ਜਿਹੜਾ ਓਰਲ ਕੈਂਸਰ ਦੀ ਵੈਨ, ਜਿਹੜੀ ਨੌਰਥ ਇੰਡੀਆ 'ਚ ਪਹਿਲੀ ਵੈਨ ਹੈ, ਉਹਨਾਂ ਵਾਸਤੇ 11 ਲੱਖ ਰੁਪਈਆ ਵਰਲਡ ਕੈਂਸਰ ਕੇਅਰ ਵੱਲੋਂ ਦੇ ਰਹੇ ਹਾਂ। ਉਹਨਾਂ ਦਾ ਜਿਹੜਾ ਚੈੱਕ ਹੈ ਮੇਰੇ ਛੋਟੇ ਵੀਰ ਰੁਪਿੰਦਰ ਸਿੰਘ ਖਾਲਸਾ ਦਦਾਰੇਵਾਲਾ ਤੋਂ ਉਹ ਲੈ ਕੇ ਆਏ ਆ ਸਾਡੇ ਪਰਿਵਾਰ ਵੱਲੋਂ, ਉਹ ਅਸੀਂ ਧਾਲੀਵਾਲ ਸਾਹਿਬ ਨੂੰ ਦਿੱਤਾ। ਮਾਣਯੋਗ ਸਿਹਤ ਮੰਤਰੀ ਜਿਸ ਦਾ ਤੋਤਾ ਸਿੰਘ ਜੀ ਆਏ ਸੀ, ਉਹਨਾਂ ਨੇ ਆਪਦੇ ਘਰ ਕਮਲਾਂ ਨੂੰ ਦਿੱਤਾ। ਅਤੇ ਨਵੰਬਰ ਮਹੀਨੇ ਦੇ ਵਿੱਚ ਇਹ ਜਿਹੜੀ ਵੈਨ ਹੈ ਉਹ ਪੰਜਾਬ ਦੀ ਸੇਵਾ ਵਾਸਤੇ, ਲੋਕਾਂ ਦੀ ਸੇਵਾ ਵਾਸਤੇ ਸਮਰਪਿਤ ਕਰਕੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਦੇ ਦਿੱਤੀ ਜਾਊਗੀ। ਧੰਨਵਾਦ।